ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡੇ ਸਭਨਾਂ ਦਾ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਪੰਜਾਬੀ ਵਿੱਚ ਇੱਕ ਲੋਕ ਕਵੀ ਵਜੋਂ ਜੋ ਮਾਨਤਾ ਅਤੇ ਪ੍ਰਸਿੱਧੀ ਵਾਰਸ ਸ਼ਾਹ ਨੂੰ ਮਿਲੀ ਹੈ, ਓਨੀ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ। ਹਾਂ, ਇੱਕ ਕਵੀ ਹੈ, ਸ਼ਿਵ ਕੁਮਾਰ ਬਟਾਲਵੀ, ਜਿਸ ਨੂੰ ਲੋਕਾਂ ਨੇ ਵਾਰਸ ਸ਼ਾਹ ਵਾਂਗ ਹੀ ਪਿਆਰਿਆ ਅਤੇ ਮਾਣ ਦਿੱਤਾ ਹੈ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚਾ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰਿਆਂ ਵਿੱਚ ਜ਼ਿੰਦਗੀ ਅਤੇ ਸਾਹਿਤ ਵਿੱਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁੱਲ 37 ਸਾਲ ਹੰਢਾ ਕੇ ਉਸਨੇ ਪੰਜਾਬੀ ਸ਼ਾਇਰੀ ਵਿੱਚ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿੱਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆ, ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿੱਚ ਕੁਝ ਅਰਸਾ ਪੜ੍ਹਿਆ। ਗੁਰਦਾਸਪੁਰ ਦੇ ਪਿੰਡ ਅਰਲੀ ਭੰਨ ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੀ ਕਲਰਕੀ ਉਸਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸਦੇ ਜਿਉਂਦੇ ਜੀਤਾਂ ਅੰਤਰਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ, ਪਰ ਮੌਤ ਮਗਰੋਂ ਵੀ ਹੋਰ ਫੈਲ ਗਈ। ਧਰਤੀ ਦਾ ਕੋਈ ਵੀ ਬੰਦੇਜ ਉਸਦੇ ਪੈਰਾਂ ਨੂੰ ਆਪਣੀਆਂ ਬੇੜੀਆਂ ਵਿੱਚ ਨਾ ਨੂੜ ਸਕਿਆ। ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ, ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ ਹੈ। ਰਾਵੀ ਦਾ ਪੁੱਤਰ ਸੀ ਨਾ, ਉਸਨੂੰ ਦਰਿਆ ਦੇ ਅਥਰੇ ਵੇਗ ਦੀ ਗੁੜਤੀ ਸੀ। ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ, ਪਰ ਉਸਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ ਕਲਾਨੌਰ ਦੇ ਨੇੜੇ ਹੈ ਜੀ, ਉਸਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸਨ ਦੀ ਪੰਜਾਲੀ ਵਿੱਚ ਉਸਨੇ ਧੌਣ ਤਾਂ ਦੇ ਦਿੱਤੀ ਸੀ, ਪਰ ਛੇਤੀ ਹੀ ਅਰਲੀ ਭੰਨ ਦੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲੱਗਦਾ। ਉਹਦੇ ਨਿਕਟ ਵਰਤੀ ਸੱਜਣ ਪਿਆਰੇ ਦੱਸਦੇ ਰਹੇ ਨੇ ਕਿ ਸ਼ਿਵ ਦੀ ਰੂਹ ਵਿੱਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਨਿਵਾਸ ਸੀ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ, ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ, ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿੱਚ ਨਾ ਭਟਕਣ ਦਿੰਦਾ। ਅਤੇ ਅੱਜ ਆਪਾਂ ਇਸੇ ਲਟਬੌਰੇ ਅਤੇ ਲੋਕ ਪਿਆਰੇ ਸ਼ਾਇਰ ਬਾਰੇ ਗੱਲਾਂ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਚੱਲ ਰਹੀ ਹੈ। ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ, ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ। ਉਸਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਰਾ ਨਹੀਂ। ਉਸਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿੱਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸਨੂੰ ਤੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਂਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਕੂ ਸੱਜਣ ਪਿਆਰੇ ਉਸਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ 'ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ 'ਚ ਦਸਤਖਤ ਮਿਲਦੇ ਨੇ। ਪਰ ਹਾਲਾਤ ਦੀ ਸਿਤਮ ਜ਼ਰੀਫੀ ਵੇਖੋ, ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ 'ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸਦੀ ਸ਼ੇਡ ਬਟਾਲਵੀ ਪਾ ਦਿੰਦੇ ਨੇ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ੍ਹ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਟੀਆਂ ਵਿੱਚ ਜੰਮਿਆ। ਆਜ਼ਾਦੀ ਤੋਂ ਕੁਝ ਵਰੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ। ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿੱਚ ਉਸਦਾ ਨਿਵਾਸ ਅੱਜ ਵੀ ਸਾਨੂੰ ਸਭ ਨੂੰ ਉਸਦੇ ਉੱਥੇ ਹੋਣ ਦਾ ਭੁਲੇਖਾ ਪਾਉਂਦਾ ਹੈ। ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ਪੀੜਾਂ ਦਾ ਪਰਾਗਾ ਅਤੇ ਪ੍ਰਕਾਸ਼ਨ ਨਾਲ ਹੀ ਉਸਨੂੰ ਲੋਕ ਪ੍ਰਵਾਨਗੀ ਹਾਸਲ ਨਹੀਂ ਸੀ ਹੋਈ, ਸਗੋਂ ਮਕਬੂਲੀਅਤ ਤਾਂ ਉਸਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਾਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ, ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ
ਅਤੇ ਸਟੇਜ ਦੇ ਹੋਰ ਧਨੀ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਔਰ ਇਪਟਾ ਲਹਿਰ ਦੇ ਸਿਰ ਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਨੇ ਕਿ ਸ਼ਿਵ ਕੁਮਾਰ ਬਟਾਲਵੀ ਨੇ ਉਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿੱਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸਨੇ ਆਪਣੇ ਮਿੱਤਰ ਪਿਆਰਿਆਂ ਦੇ ਸੰਗ ਗੁਜ਼ਾਰੀਆਂ। ਸ਼ਿਵ ਕੁਮਾਰ ਨੂੰ ਖੇਤ ਪਿਆਰੇ ਲੱਗਦੇ ਸੀ, ਪੱਕੀਆਂ ਸੜਕਾਂ ਨਹੀਂ। ਔਰ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪੰਜਾਬੀ ਦੇ ਲੋਕ ਪਿਆਰੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਬਾਰੇ ਚਰਚਾ ਕਰ ਰਹੇ ਹਾਂ। ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿੱਚ ਹੀ ਲੂਣਾ ਲਿਖਣ ਬਦਲੇ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ। ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਲ ਨਹੀਂ ਹੋਇਆ। ਅਤੇ ਬਹੁਤ ਥੋੜ੍ਹੇ ਲੋਕ ਜਾਣਦੇ ਨੇ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸੀ, ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸਨੂੰ ਸਰੋਤਿਆਂ ਵੱਲੋਂ ਪ੍ਰੇਮ ਮੁਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਲ ਹੁੰਦੀ ਨਮੋਸ਼ੀ ਸੀ। ਔਰ ਇਸ ਨਮੋਸ਼ੀ ਨੂੰ ਧੋਣ ਲਈ ਉਸਨੇ ਆਤਮ ਚਿੰਤਨ ਕਰਦੀ ਇੱਕ ਨਜ਼ਮ ਗੱਦਾਰ ਲਿਖੀ। ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੇ ਨਾਟਕ ਗਗਨਮੈ ਥਾਲ ਦੇ ਗੀਤ ਵੀ ਉਸਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸਨੂੰ ਆਪਣੇ ਵੱਲ ਖਿੱਚਿਆ। ਮੌਤ ਉਸਦੇ ਆਲੇ ਦੁਆਲੇ ਹਰ ਸਮੇਂ ਮਡਰਾਉਂਦੀ ਰਹੀ। ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ, ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਣਿਆ। ਉਸਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ, ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸਨੇ ਇਸ ਕਲਾ ਨੂੰ ਲੂਣਾ ਵਿੱਚ ਬੜੇ ਵਧੀਆ ਢੰਗ ਦੇ ਨਾਲ ਵਰਤਿਆ। ਲੂਣਾ ਪੜ੍ਹਦਿਆਂ ਇਹ ਜਾਪਦਾ ਹੈ ਕਿ ਜਿਵੇਂ ਪੂਰਨ ਕੋਈ ਹੋਰ ਨਹੀਂ, ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆ ਦੇ ਰਸ ਕਸ ਆਪਣੀ ਸੇਜ 'ਤੇ ਲਗਾਤਾਰ ਬੁਲਾਉਂਦੇ ਨੇ। ਸਲਵਾਨ ਹੋਰ ਕੋਈ ਨਹੀਂ, ਸਮੇਂ ਦੀ ਮਰਿਆਦਾ ਹੈ ਜੋ ਉਸਦੇ ਕਰ ਪੈਰਾਂ ਨੂੰ ਕੱਟ ਦੀਏ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ, ਅਤੇ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਉਹਨੇ ਜ਼ਿੰਦਗੀ ਦੇ ਸਫ਼ਰ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਦਾ ਹਵਾਲਾ ਆਉਂਦਾ ਹੈ ਜਿਨ੍ਹਾਂ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ 'ਤੇ ਹੀ ਖਤਮ ਹੋ ਜਾਂਦੇ ਨੇ। ਸੋ ਸ਼ਿਵ ਕੁਮਾਰ ਬਟਾਲਵੀ ਦੀ ਮੌਤ ਤੋਂ 3-4 ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿੱਚ ਹੀ ਉਸਨੂੰ ਚੇਤੇ ਕਰਦਿਆਂ ਬੁੱਢੇ ਬਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਨੇ। ਇਹ ਸ਼ਿਵ ਦੀ ਮੁਹੱਬਤ ਨਹੀਂ, ਉਸਦੇ ਸਾਥ ਦਾ ਸੇਖ ਹੀ ਉਹਨਾਂ ਨੂੰ ਅੱਜ ਵੀ ਪਖਾ ਦਿੰਦਾ ਹੈ। ਸੋ ਇਹਨਾਂ ਵਿੱਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿੱਚ ਅੰਕਿਤ ਕਰਦਿਆਂ ਲਿਖਦਾ ਹੈ ਕਿ ਸਈਓ ਨੀ ਮੈਂ ਅੱਗ ਤੁਰੀ ਪਰਦੇਸ, ਇੱਕ ਛਾਤੀ ਮੇਰੀ ਹਾੜ ਤਪੰਦਾ, ਦੂਜੀ ਤਪਦਾ ਜੇਠ, ਨੀ ਮੈਂ ਅੱਗ ਤੁਰੀ ਪਰਦੇਸ। ਇਹ ਵੀ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਕਿ ਉਹਦਾ ਕਿਸੇ ਕੁੜੀ ਦੇ ਨਾਲ ਇਸ਼ਕ ਸੀ ਜੋ ਉਹਨੂੰ ਛੱਡ ਕੇ ਵਿਦੇਸ਼ ਚਲੀ ਗਈ, ਅਤੇ ਬਾਅਦ ਵਿੱਚ ਉਹਦੇ ਵਿਛੋੜੇ ਦੀ ਹੂਕ ਨੂੰ ਹੀ ਉਹ ਆਪਣੀ ਸ਼ਾਇਰੀ ਦੇ ਵਿੱਚ ਬਿਆਨ ਕਰਦਾ ਰਿਹਾ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨੇ ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਚੂਰੀ ਕੁੱਟਾ ਅਤੇ ਉਹ ਖਾਵੇ ਨਾ, ਮੈਂ ਉਹਨੂੰ ਦਿਲ ਦਾ ਮਾਸ ਖਵਾਇਆ। ਇਹ ਵਾਲਾ ਗੀਤ ਉਸੇ ਕੁੜੀ ਦੇ ਵਿਯੋਗ ਵਿੱਚ ਲਿਖਿਆ ਸੀ। ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਉਹਦੇ ਸਿਰ 'ਤੇ ਕਲਗੀ ਅਤੇ ਪੈਰੀ ਝਾਂਜਰ, ਨੀ ਉਹ ਚੋਗ ਚੁਗੇਂਦਾ ਆਇਆ, ਚੂਰੀ ਕੁੱਟਾ ਤਾਂ ਉਹ ਖਾਂਦਾ ਨਹੀਂ, ਅਤੇ ਉਹਨੂੰ ਦਿਲ ਦਾ ਮਾਸ ਖਵਾਇਆ, ਅਤੇ ਖਾ ਕੇ ਮਾਸ ਉਡਾਰੀ ਲਾਈ, ਉਹ ਮੁੜ ਵਤਨੀ ਨਾ ਆਇਆ। ਨਾਜ਼ਰੀਨ, ਕੁਝ ਆਲੋਚਕ ਇਹ ਵੀ ਆਖਦੇ ਨੇ ਕਿ ਉਹ ਬਾਅਦ ਵਿੱਚ ਮਿਲਣ ਵਾਲੀਆਂ ਔਰਤਾਂ ਵਿੱਚੋਂ ਉਸੇ ਗਵਾਚ ਗਈ ਕੁੜੀ ਦਾ ਚਿਹਰਾ ਲੱਭਦਾ ਰਿਹਾ, ਉਹਨਾਂ ਨੂੰ ਭੋਗਦਾ ਰਿਹਾ। ਇਸ ਕਰਕੇ ਲੋਕ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸ਼ਾਇਰ ਆਖਦੇ ਨੇ, ਕਿਉਂਕਿ ਉਸਨੇ ਬਿਰਹਾ ਦਾ ਜ਼ਿਕਰ ਵਾਰ ਵਾਰ ਕੀਤਾ ਹੈ। ਇਹ ਬਿਰਹਾ ਉਸਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ 100 ਮੱਕਿਆਂ ਦੇ ਹੱਜ ਬਰਾਬਰ ਗਿਣਦਾ ਹੈ। ਉਸਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ, ਸਗੋਂ ਹਿਜ਼ਰ ਹੀ ਉਸਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ। ਜਿਵੇਂ ਕਿ ਲੋਕੀ ਪੂਜਣ ਰੱਬ ਮੈਂ ਤੇਰਾ ਬਿਰੜਾ, ਸਾਨੂੰ 100 ਮੱਕਿਆਂ ਦਾ ਹੱਜ ਵੇ ਮੈਂ ਤੇਰਾ ਬਿਰਹੜਾ। ਸੱਚੀ ਗੱਲ ਤਾਂ ਇਹ ਹੈ ਕਿ ਔਰਤ ਉਸ ਲਈ ਕੇਵਲ ਭੋਗਣ ਵਾਲੀ ਕੋਈ ਵਸਤ ਨਹੀਂ ਸੀ, ਇਹ ਉਸਨੇ ਲੂਣਾ ਲਿਖ ਕੇ ਸਾਬਤ ਕਰ ਦਿੱਤਾ। ਜਿਹੜੀ ਲੂਣਾ ਨੂੰ ਹੁਣ ਤੱਕ ਕਿੱਸਾਕਾਰ ਅਤੇ ਲੋਕ ਪੁੱਤ ਖਾਣੀ ਕਾਮਨ ਔਰਤ ਆਖ ਕੇ ਨਿੰਦਰ ਰਹੇ, ਉਸ ਲੂਣਾ ਨੂੰ ਨਿਰਦੋਸ਼ ਆਖ ਕੇ ਉਹਨੇ ਸਲਵਾਨ 'ਤੇ ਉਂਗਲੀ ਚੁੱਕੀ
ਜਿਹੜਾ ਧੀ ਦੀ ਉਮਰ ਦੀ ਲੂਣਾ ਨੂੰ ਵਿਆਹ ਲਿਆ ਅਤੇ ਉਹਦੇ ਤੋਂ ਵਫ਼ਾਦਾਰੀ ਦੀ ਆਸ ਰੱਖਦਾ ਹੈ। ਮਰਦ ਔਰਤ ਨੂੰ ਕਿਵੇਂ ਸਮਝਦਾ ਹੈ, ਇਸ ਦਾ ਇੱਕ ਬਿਆਨ ਲੂਣਾ ਵਿੱਚੋਂ ਹਾਜ਼ਰ ਕਰਦਾ ਹੈ। ਪੂਰਨ ਦੀ ਮਾਂ ਇੱਛਰਾਂ ਆਖਦੀ ਹੈ ਕਿ ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ, ਅਸੀਂ ਮਰਦਾਂ ਦੇ ਦਰਾਂ 'ਤੇ ਕੁੱਤੀਆਂ ਹਾਂ, ਟੁੱਕਰ ਡੰਗ ਦਾ ਖਾ ਅਸੀਸ ਦਈਏ, ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ, ਕੁਝ ਮੇਚ 'ਤੇ ਨਾ ਕੁਝ ਮੇਚ ਆਈਆਂ, ਅਸੀਂ ਮਰਦਾਂ ਦੇ ਪੈਰਾਂ ਵਿੱਚ ਜੁੱਤੀਆਂ ਹਾਂ। ਸੋ ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੂਬ ਖੁੰਭ ਠੱਪਦਾ ਹੈ। ਅਤੇ ਆਪਣੀ ਸ਼ਾਇਰੀ ਵਿੱਚੋਂ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ, ਪਰ ਹਕੀਕਤ ਵਿੱਚ ਇਹ ਉਹ ਜੁੱਤੀ ਆ ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿੱਚ ਵੱਜ ਰਹੀ ਹੈ, ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਂਚ ਭੁੱਲ ਗਈ ਹੈ। ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ, ਪਰ ਮਨ ਤੀਕ ਪਹੁੰਚਣ ਦਾ ਸਫ਼ਰ ਉਸਨੂੰ ਚੇਤੇ ਹੀ ਨਹੀਂ। ਔਰ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਚੱਲ ਰਹੀ ਅੱਜ ਦੇ ਪ੍ਰੋਗਰਾਮ ਵਿੱਚ। ਨਾਜ਼ਰੀਨ, ਔਰਤਾਂ ਵਾਂਗ ਸ਼ਰਾਬ ਦਾ ਜ਼ਿਕਰ ਵੀ ਉਹਦੇ ਨਾਲ ਜੁੜ ਗਿਆ। ਸ਼ਰਾਬ ਤਾਂ ਸ਼ਿਵ ਕੁਮਾਰ ਪਹਿਲਾਂ ਹੀ ਬਹੁਤ ਪੀਂਦਾ ਸੀ, ਪਰ ਕਿਹਾ ਜਾਂਦਾ ਹੈ ਕਿ ਜਦੋਂ ਲੰਡਨ ਵਿੱਚ ਪਹਿਲੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਭਾਗ ਲੈਣ ਲਈ ਉਹ ਲੰਡਨ ਗਿਆ ਤਾਂ ਉਹਦੇ ਪ੍ਰਸ਼ੰਸਕ ਉਹਨੂੰ ਸ਼ਰਾਬ ਪਿਆਈ ਜਾਂਦੇ ਅਤੇ ਉਸ ਤੋਂ ਗੀਤ ਸੁਣੀ ਜਾਂਦੇ। ਉਹ ਦਿਨ ਰਾਤ ਸ਼ਰਾਬ ਵਿੱਚ ਧੁੱਤ ਰਹਿੰਦਾ, ਸ਼ਰਾਬ ਉਹਦੇ ਜਿਗਰ ਨੂੰ ਲੈ ਬੈਠੀ। ਵਾਪਸ ਆਇਆ ਤਾਂ ਉਸਦੇ ਖੂਨ ਵਿੱਚ ਸ਼ਰਾਬ ਇਸ ਤਰ੍ਹਾਂ ਅਸਰ ਕਰ ਗਈ ਕਿ ਚਾਹ ਜਾਂ ਕਾਫੀ ਉਸਨੂੰ ਚੰਗੀ ਨਹੀਂ ਸੀ ਲੱਗਦੀ, ਸਿਰਫ ਸ਼ਰਾਬ ਹੀ ਠੰਡ ਪਾ ਸਕਦੀ ਸੀ ਉਹਦੇ ਸਰੀਰ ਨੂੰ। ਕਈ ਵਾਰ ਉਹ ਸ਼ਰਾਬ ਦੀ ਸ਼ੀਸ਼ੀ ਵਿੱਚੋਂ ਬਿਨ ਸੋਡਾ ਜਾਂ ਪਾਣੀ ਪਾਏ ਸਿੱਧੀਆਂ 3-4 ਘੁੱਟਾਂ ਅੰਦਰ ਸੁੱਟਦਾ, ਜਿਸ ਨਾਲ ਉਸਦਾ ਮਨ ਸ਼ਾਂਤ ਅਤੇ ਇਕਾਗਰ ਹੋ ਜਾਂਦਾ। ਉਸ ਵਿੱਚ ਰਚਨ ਸ਼ਕਤੀ ਦੌੜਨ ਲੱਗਦੀ, ਉਹ ਪਹਿਲਾਂ ਨਾਲੋਂ ਵੀ ਵਧੇਰੇ ਨਿਮਰ ਹੋ ਜਾਂਦਾ। ਉਸ ਵਿੱਚ ਬਰਦਾਸ਼ਤ ਕਰਨ ਦੀ ਬੇਹੱਦ ਸ਼ਕਤੀ ਸੀ। ਉਹ ਮੰਟੋ ਵਾਂਗ ਹੀ ਸ਼ਰਾਬ ਉਹਦੀ ਕਮਜ਼ੋਰੀ ਬਣ ਗਈ। ਨਵੇਂ ਸ਼ਾਇਰ, ਮਸ ਫੁੱਟੇ, ਇਨਕਲਾਬੀ ਪਸੰਦ ਸ਼ਾਇਰ, ਪ੍ਰਯੋਗਵਾਦੀ ਸ਼ਾਇਰ ਉਸਦੇ ਖਿਲਾਫ ਬੋਲਦੇ, ਉਸਨੂੰ ਸਮਾਜੀ ਚੇਤਨਾ ਤੋਂ ਵਾਂਝਾ ਆਖਦੇ। ਭਲਾ ਅਜਿਹੀ ਕਵਿਤਾ ਦਾ ਕੀ ਮਤਲਬ ਜਦੋਂ ਮੁਲਕ ਵਿੱਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਹੈ, ਭੁੱਖ ਹੈ। ਅਤੇ ਇਹ ਸ਼ਿਵ ਕੁਮਾਰ ਬਟਾਲਵੀ ਚੰਦ ਅਤੇ ਸੂਰਜ 'ਤੇ ਕੱਚੀ ਕੰਧ ਮਲੇ ਦੰਦਾਸਾ ਦੀਆਂ ਗੱਲਾਂ ਕਰਦਾ ਹੈ। ਦੋਸਤੋ, ਸ਼ਿਵ ਕੁਮਾਰ ਸਮਾਜ ਤੋਂ ਕੱਟ ਗਿਆ। ਅਜਿਹੇ ਕਵੀ ਉਸਦੇ ਖਿਲਾਫ ਰਸਾਲਿਆਂ ਵਿੱਚ ਲਿਖਦੇ ਰਹੇ ਅਤੇ ਸਟੇਜਾਂ ਉੱਤੇ ਬੋਲਦੇ ਰਹੇ, ਪਰ ਕੋਈ ਮੁਸ਼ਾਇਰਾ ਸ਼ਿਵ ਤੋਂ ਬਿਨਾਂ ਸੰਪੂਰਨ ਹੁੰਦਾ ਹੀ ਨਹੀਂ ਸੀ। ਕਵੀ ਦਰਬਾਰਾਂ ਵਿੱਚ ਲੋਕ ਪਹਿਲੀ ਗੱਲ ਇਹ ਪੁੱਛਦੇ ਕਿ ਸ਼ਿਵ ਕੁਮਾਰ ਇਸ ਮੁਸ਼ਾਇਰੇ ਵਿੱਚ ਆ ਰਿਹਾ ਹੈ ਕਿ ਨਹੀਂ। ਸ਼ਿਵ ਆਪਣੀ ਵਧੀਆ ਕਲਾ ਅਤੇ ਰਚਨ ਸ਼ਕਤੀ ਬਾਰੇ ਸੁਚੇਤ ਸੀ। ਲੋਕ ਉਸਨੂੰ ਕਈ ਵਾਰ ਨਿਰਾਸ਼ਾਵਾਦੀ ਕਵੀ ਆਖ ਕੇ ਭੰਡਦੇ ਰਹੇ, ਕੁਝ ਉਸਨੂੰ ਵਾਸ਼ਨਾ ਦਾ ਕਵੀ ਆਖਦੇ ਰਹੇ, ਕਈ ਲੋਕ ਉਸਦੀਆਂ ਕਵਿਤਾ ਵਿੱਚੋਂ ਤਕਨੀਕੀ ਗਲਤੀਆਂ ਕੱਢਦੇ ਰਹੇ, ਕਈ ਉਸਦੀ ਨਕਲ ਕਰਕੇ ਉਸ ਨਾਲੋਂ ਬਿਹਤਰ ਕਵੀ ਹੋਣ ਦਾ ਦਾਅਵਾ ਕਰਦੇ ਰਹੇ, ਪਰ ਸ਼ਿਵ ਸ਼ੋਲੇ ਵਾਂਗ ਮੱਚਦਾ ਰਿਹਾ ਅਤੇ ਰੌਸ਼ਨੀ ਸੁੱਟਦਾ ਰਿਹਾ। ਉਸਨੇ ਆਖਿਆ, ਸਾਰੀ ਪ੍ਰਕਿਰਤੀ ਇੱਕ ਦੂਜੇ ਦੀ ਨਿੰਦਿਆ ਅਤੇ ਪ੍ਰਸ਼ੰਸਾ ਹੀ ਹੈ, ਸਾਡਾ ਜਨਮ ਹੀ ਨਿੰਦਿਆ ਅਤੇ ਪ੍ਰਸ਼ੰਸਾ ਦੇ ਸੰਯੋਗ ਤੋਂ ਹੁੰਦਾ ਹੈ। ਮੇਰਾ ਸਭ ਤੋਂ ਵੱਡਾ ਨਿੰਦਕ ਜਾਂ ਪ੍ਰਸ਼ੰਸਕ ਮੈਂ ਖੁਦ ਆਪ ਹੀ ਹਾਂ। ਆਪਣੀ ਪੀੜ ਦੀ ਨਿੰਦਿਆ ਮੈਂ ਆਪਣੇ ਗੀਤਾਂ ਦੇ ਨਾਲ ਕੀਤੀ ਹੈ ਅਤੇ ਮੇਰੇ ਗੀਤਾਂ ਦੀ ਨਿੰਦਿਆ ਇਹਨਾਂ ਲੋਕਾਂ ਨੇ ਕੀਤੀ ਹੈ। ਇਸ ਦਾ ਕਾਰਨ ਮੇਰੀ ਸ਼ੋਹਰਤ ਪ੍ਰਤੀ ਸਾੜੇ ਤੋਂ ਸਿਵਾ ਹੋਰ ਕੁਝ ਨਹੀਂ। ਅਤੇ ਸਾੜਾ ਹਮੇਸ਼ਾ ਘਟੀਆ ਨੂੰ ਵਧੀਆ ਦੇ ਨਾਲ ਹੁੰਦਾ ਹੈ। ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਇੱਕ ਮੁਸ਼ਾਇਰੇ ਦਾ ਬਿਆਨ ਕਰਦਾ ਹੈ। ਇਹ ਮੁਸ਼ਾਇਰਾ ਗੁਰੂ ਨਾਨਕ ਦੇਵ ਦੇ 500 ਸਾਲਾਂ ਪ੍ਰਕਾਸ਼ ਉਤਸਵ ਸੰਬੰਧੀ ਸੀ। ਪ੍ਰਿੰਸੀਪਲ OP ਸ਼ਰਮਾ ਨੇ ਧੂਮਧਾਮ ਨਾਲ ਇਹ ਮੁਸ਼ਾਇਰਾ ਰਚਾਇਆ ਸੀ। ਜਦੋਂ ਬਲਵੰਤ ਗਾਰਗੀ ਅਤੇ ਸ਼ਿਵ ਕੁਮਾਰ ਬਟਾਲਵੀ ਅੰਦਰ ਸਟੇਜ ਉੱਤੇ ਗਏ ਤਾਂ ਸ਼ਿਵ ਨੂੰ ਵੇਖ ਕੇ ਸਾਰੇ ਹਾਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਤਾੜੀਆਂ ਦੇ ਨਾਲ ਫਿਜ਼ਾ ਗੂੰਜ ਉੱਠੀ। ਵਿੱਚੋਂ 2-4 ਮੁੰਡਿਆਂ ਅਤੇ ਕੁੜੀਆਂ ਦੀਆਂ ਜੋਸ਼ੀਲੀਆਂ ਆਵਾਜ਼ਾਂ ਵੀ ਆਈਆਂ। ਸਟੇਜ ਉੱਤੇ 25-30 ਨਾਮਵਰ ਸ਼ਾਇਰ ਸੱਜੇ ਬੈਠੇ ਸੀ। ਇਹਨਾਂ ਵਿੱਚੋਂ ਪ੍ਰੋਫੈਸਰ ਮੋਹਣ ਸਿੰਘ, ਮੀਸ਼ਾ, ਸਾਧੂ ਸਿੰਘ ਹਮਦਰਦ ਅਤੇ ਕਰਤਾਰ ਸਿੰਘ ਬਲੱਗਣ ਵੀ ਸੀ। 5-6 ਕਵੀਆਂ ਨੇ ਆਪਣੀਆਂ ਨਜ਼ਮਾਂ ਪੜ੍ਹੀਆਂ ਤਾਂ ਉਹਨਾਂ ਦਾ ਵਿਸ਼ਾ ਕੁਝ ਇਸ ਤਰ੍ਹਾਂ ਸੀ ਕਿ ਬਾਬਾ ਨਾਨਕ ਹੁਣ ਤੂੰ ਨਾ ਆਵੀਂ, ਇਸ ਧਰਤੀ 'ਤੇ ਇੱਥੇ ਰਿਸ਼ਵਤਾਂ, ਝਗੜੇ, ਵੰਡੀਆਂ, ਰਗੜੇ, ਤੂੰ ਨਾ ਆਵੀਂ। ਜਾਂ ਇਸ ਵਿਸ਼ੇ ਉੱਤੇ ਕਿ ਬਾਬਾ ਤੂੰ ਆ ਕੇ ਵੇਖ
ਦੇਸ਼ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈ, ਗਰੀਬਾਂ ਉੱਪਰ ਜ਼ੁਲਮ ਹੁੰਦਾ ਹੈ, ਲੋਕ ਨੰਗੇ ਭੁੱਖੇ ਫਿਰਦੇ ਨੇ, ਤੂੰ ਆ ਕੇ ਵੇਖ। ਮੋਹਨ ਸਿੰਘ ਨੇ ਆਪਣੇ ਮਹਾਂਕਾਵਿ ਨਨਕਾਇਣ ਵਿੱਚੋਂ ਨਜ਼ਮ ਪੜ੍ਹੀ ਜਿਸ ਵਿੱਚ ਉਹ ਤਲਵੰਡੀ ਦੀ ਸ਼ਾਮ ਬਿਆਨ ਕਰਦਾ ਹੈ। ਸਾਰੇ ਕਾਫੀਏ ਸ਼ਾਮ, ਨਾਮ, ਕਾਮ, ਧਾਮ ਆਦਿ ਨਾਲ ਭਰੇ ਹੋਏ ਸੀ। ਮੁਸ਼ਾਇਰੇ ਵਿੱਚ ਥਕਾਵਟ ਸੀ, ਖਿਆਲਾਂ ਦਾ ਬੁਢਾਪਾ। ਲਓ ਜੀ, ਸ਼ਿਵ ਕੁਮਾਰ ਬਟਾਲਵੀ ਉੱਠਿਆ ਤਾਂ ਸਾਰੇ ਹਾਲ ਵਿੱਚ ਇੱਕ ਲੂਹਰੀ ਦੌੜ ਗਈ। ਅੱਖਾਂ ਬੰਦ ਕਰਕੇ ਉਸਨੇ ਨਜ਼ਮ ਪੜ੍ਹੀ, ਸਫ਼ਰ। ਅੱਖਾਂ ਬੰਦ ਕਰਕੇ ਬਾਂਹ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁਣਗੁਣਾਇਆ। ਨਸ਼ੀਲੇ ਧੀਮੇ ਸੁਰ ਲਰਜ਼ੇ ਅਤੇ ਲੋਕਾਂ ਦੀਆਂ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਮਿਜ਼ਰਾਬ ਨਾਲ ਛੇੜਿਆ। ਯਕਦਮ ਉਸਦੀ ਆਵਾਜ਼ ਟੀਪ ਦੇ ਸੁਰਾਂ ਉੱਤੇ ਗੂੰਜੀ। ਉਹ ਨਾਨਕ ਨੂੰ ਵੰਗਾ ਰਿਹਾ ਸੀ। ਇੱਕ ਸ਼ਾਇਰ ਦੂਜੇ ਸ਼ਾਇਰ ਨੂੰ ਮੁਖਾਤਿਬ ਸੀ। ਉਹ ਨਾਨਕ ਨੂੰ ਆਖ ਰਿਹਾ ਸੀ ਕਿ ਦੇਖ ਤੇਰੀ ਕੌਮ ਨੇ ਕਿੰਨਾ ਸਫ਼ਰ ਕੀਤਾ ਏ ਤੇਰੇ ਤੋਂ ਅੱਗੇ, ਇਹ ਅੱਜ ਪਹੁੰਚੀਏ ਨਾਮ ਤੋਂ ਤਲਵਾਰ ਤਿੱਕ। ਨਾਮ ਤੋਂ ਤਲਵਾਰ ਤਿੱਕ ਦੇ ਸ਼ਬਦ ਗੂੰਜੇ ਤਾਂ ਜਵਾਨਾਂ ਦੇ ਸੀਨੇ ਵਿੱਚ ਸਮੁੱਚੀ ਕੌਮ ਦੇ ਨਿਮਨ ਚੇਤਨ ਵਿਚਲੀਆਂ ਸਧਰਾਂ ਜਾਗ ਉੱਠੀਆਂ। ਸਾਰੇ ਹਾਲ ਵਿੱਚ ਸ਼ਿਵ ਸ਼ਿਵ ਗੂੰਜ ਰਿਹਾ ਸੀ। ਉਸਦਾ ਕੱਦ ਬਹੁਤ ਉੱਚਾ ਲੱਗ ਰਿਹਾ ਸੀ ਅਤੇ ਉਸਦੀ ਆਵਾਜ਼ ਵਿੱਚ ਪੈਗੰਬਰਾਂ ਵਾਲਾ ਜਲਾਲ ਸੀ। ਲੋਕਾਂ ਨੂੰ ਹਲੂਣ ਦੀ ਸ਼ਕਤੀ, ਉਹਨਾਂ ਨੂੰ ਗਵਾਉਣ ਅਤੇ ਜਗਾਉਣ ਤੋਂ ਅੱਗੇ ਵਧਣ ਦੀ ਪ੍ਰੇਰਨਾ। ਹਾਲ ਵਿੱਚ ਸੰਨਾਟਾ ਸੀ। ਕਿਸੇ ਕਿਸੇ ਵੇਲੇ ਹਲਕੀ ਜਿਹੀ ਆਹ ਨਿਕਲਦੀ, ਫਿਰ ਟੂਣੇ ਹਾਰੀ ਮੁਗਤਾ। ਨਜ਼ਮ ਖਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਇਹ ਸੁਣਾਓ। ਸ਼ਿਵ ਨੇ ਗੀਤ ਗਾਇਆ ਤਾਂ ਹਾਲ ਵਿੱਚ ਬੈਠੇ ਸਾਰੇ ਲੋਕ ਤੜਪ ਉੱਠੇ। ਹਾਲ ਦੀਆਂ ਕੁੜੀਆਂ ਦੇ ਸੀਨੇ ਵਿੱਚ ਹੂਕ ਉੱਠੀ। ਇੱਕ ਦਰਦ ਭਰਿਆ ਮਾਹੌਲ ਛਾ ਗਿਆ। ਸ਼ਿਵ ਤਿੰਨ ਨਜ਼ਮਾਂ ਪੜ੍ਹ ਕੇ ਮਾਈਕ੍ਰੋਫੋਨ ਤੋਂ ਹਟਿਆ ਤਾਂ ਫਿਰ ਹੋਰ ਕੋਈ ਸ਼ਾਇਰ ਖੜ੍ਹਾ ਨਾ ਹੋ ਸਕਿਆ। ਸਮਾਂ ਟੁੱਟ ਗਿਆ ਅਤੇ ਮੇਲਾ ਉੱਜੜ ਗਿਆ। ਇਸ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਚੱਲ ਰਹੀ ਹੈ। ਸ਼ਿਵ ਨੇ ਕਿਧਰੇ ਲਿਖਿਆ ਸੀ ਕਿ ਗਮਾਂ ਦੀ ਰਾਤ ਲੰਬੀ ਏ ਜਾਂ ਮੇਰੇ ਗੀਤ ਲੰਬੇ ਨੇ, ਨਾ ਭੈੜੀ ਰਾਤ ਮੁੱਕਦੀ ਏ ਅਤੇ ਨਾ ਮੇਰੇ ਗੀਤ ਮੁੱਕਦੇ ਨੇ। ਇੰਗਲੈਂਡ ਲੰਡਨ ਵਿੱਚ ਉਸਨੂੰ BBC ਵਾਲਿਆਂ ਨੇ ਆਖਿਆ ਕਿ ਸ਼ਿਵ ਤੂੰ ਗਮ ਦਾ ਸ਼ਾਇਰ ਹੈ, ਇਸ ਬਾਰੇ ਕੁਝ ਦੱਸ। ਤਾਂ ਸ਼ਿਵ ਬੋਲਿਆ, ਕਾਹਦਾ ਗਮ, ਮੈਨੂੰ ਕੋਈ ਗਮ ਨਹੀਂ, ਮਜ਼ੇ ਨਾਲ ਸ਼ਰਾਬ ਪੀਂਦਾ ਹਾਂ, ਪ੍ਰੇਮਿਕਾਵਾਂ ਨੇ ਪਿਆਰ ਦਿੱਤਾ, ਬੇਸ਼ੁਮਾਰ ਕੁੜੀਆਂ ਦੇ ਨਾਲ ਇਸ਼ਕ ਕੀਤਾ, ਬਥੇਰਾ ਰੁਪਈਆ ਕਮਾਇਆ, ਯਾਰ ਦੋਸਤ ਨੇ, ਨੇਕ ਬੀਵੀ ਹੈ, ਕਾਹਦਾ ਗਮ, ਮੈਨੂੰ ਕੋਈ ਗਮ ਨਹੀਂ। ਹਾਂ, ਮੈਂ ਗਮ ਦੀ ਕਵਿਤਾ ਲਿਖਦਾ ਹਾਂ ਪਰ ਹੱਸ ਕੇ, ਮੈਨੂੰ ਆਪਣਾ ਕੋਈ ਗਮ ਨਹੀਂ, ਦੁਨੀਆ ਦਾ ਗਮ ਜ਼ਰੂਰ ਮੇਰੇ ਅੰਦਰ ਹੈ। ਜੋ ਸ਼ਾਇਰ ਦੋਸਤੋ ਜ਼ਾਤੀ ਗਮ ਦੀਆਂ ਕੂਕਾਂ ਮਾਰਦੇ ਨੇ ਉਹਨਾਂ ਦੀ ਕਵਿਤਾ ਫਿੱਕੀ ਹੁੰਦੀ ਹੈ। ਉਹ ਮੌਤ ਪਿੱਛੋਂ ਇੱਕ ਮਿੱਥ ਬਣ ਗਿਆ, ਮੰਟੋ ਵਾਂਗ, ਸਹਿਗਲ ਵਾਂਗ। ਅਤੇ ਜੇ ਕਿਸੇ ਨੇ ਸ਼ਿਵ ਦੇ ਨਾਲ ਰੋਟੀ ਖਾਧੀ ਜਾਂ ਬੱਸ ਵਿੱਚ ਉਸ ਨਾਲ ਸਫ਼ਰ ਕੀਤਾ ਜਾਂ ਸ਼ਰਾਬ ਪੀਤੀ ਅਤੇ ਜਾਂ ਉਸਦੀ ਤਿੱਲੇ ਵਾਲੀ ਚੱਪਲ ਗੰਢੀ ਅਤੇ ਕਿਸੇ ਨੇ ਜੇ ਉਸਦਾ ਰੇਸ਼ਮੀ ਕੁੜਤਾ ਸੀਤਾ ਤਾਂ ਬੜੇ ਫਖਰ ਨਾਲ ਸ਼ਿਵ ਦੀਆਂ ਗੱਲਾਂ ਕਰਦਾ ਹੈ। ਅਤੇ ਅਜਿਹੀ ਸ਼ੋਹਰਤ ਅਤੇ ਪਿਆਰ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਮੌਤ 38 ਸਾਲ ਦੀ ਉਮਰ ਵਿੱਚ ਮਿੱਥ ਲਈ ਸੀ। ਕੋਈ ਤਾਕਤ ਉਸਨੂੰ ਮਰਨ ਤੋਂ ਰੋਕ ਨਹੀਂ ਸੀ ਸਕਦੀ। ਅਤੇ ਜਦ ਕਿਸੇ ਦਾ ਨਾਂ ਹੀ ਸ਼ਿਵ ਕੁਮਾਰ ਬਟਾਲਵੀ ਹੋਵੇ ਤਾਂ ਉਸਦੀ ਮੌਤ ਜਵਾਨੀ ਵਿੱਚ ਹੀ ਲਿਖੀ ਹੁੰਦੀ ਹੈ। ਉਸਨੇ ਆਪਣੀ ਕਲਮ ਦੇ ਨਾਲ ਆਪਣਾ ਮਰਸੀਆ ਖੁਦ ਲਿਖਿਆ। ਉਹ ਭਰਪੂਰ ਜਵਾਨੀ ਵਿੱਚ ਮਰਨ ਦਾ ਚਾਹਵਾਨ ਸੀ। ਸ਼ਿਵ ਨੇ ਲਿਖਿਆ ਸੀ ਕਿ ਅਸੀਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸੀਂ ਭਰੇ ਭਰਾਏ, ਹਿਜਰ ਤੇਰੇ ਦੀ ਕਰ ਪਰਿਕਰਮਾ। ਸੋ ਦੋਸਤੋ, ਇੱਕ ਵਾਰ ਸ਼ਰਾਬ ਪੀ ਕੇ ਮਖਮੂਰੀ ਅੱਖਾਂ ਨਾਲ ਵੇਖਦਾ ਹੋਇਆ ਉਹ ਨਾਟਕਕਾਰ ਬਲਵੰਤ ਗਾਰਗੀ ਨੂੰ ਆਖਣ ਲੱਗਾ ਕਿ ਗਾਰਗੀ, ਮੈਂ ਬੁੱਢੇ ਹੋ ਕੇ ਨਹੀਂ ਮਰਨਾ ਚਾਹੁੰਦਾ, ਬੁੱਢੇ ਦੀ ਮੌਤ ਬਹੁਤ ਜ਼ਲੀਲ ਚੀਜ਼ ਹੈ। ਤੈਨੂੰ ਪਤਾ ਹੈ ਕਿ ਜਪਾਨ ਦੇ ਸਮੂਰਾਈ ਸੂਰਮੇ ਆਪਣੇ ਜਿਸਮ ਨੂੰ ਸਡੌਲ ਅਤੇ ਬਹੁਤ ਖੂਬਸੂਰਤ ਬਣਾਉਂਦੇ ਨੇ, ਅਤੇ ਜਦੋਂ ਜਿਸਮ ਦੀ ਖੂਬਸੂਰਤੀ ਸਿਖਰ ਉੱਤੇ ਹੁੰਦੀ ਹੈ ਤਾਂ ਆਪਣੇ ਢਿੱਡ ਵਿੱਚ ਤਲਵਾਰ ਮਾਰ ਕੇ ਹਾਰਾ ਘੇਰੀ ਦੀ ਰਸਮ ਅਦਾ ਕਰਦੇ ਮੌਤ ਦੀ ਗੋਦੀ ਵਿੱਚ ਸੌਂ ਜਾਂਦੇ ਨੇ। ਜਿਵੇਂ ਚੈਰੀ ਦਾ ਫੁੱਲ ਪੂਰੀ ਤਰ੍ਹਾਂ ਖਿੜਦਾ ਹੈ ਅਤੇ ਅੱਧਾ ਦੇ ਨਾਲ ਹੀ ਡਿੱਗਦਾ ਹੈ। ਅਤੇ ਮਰਨਾ ਕੋਈ ਚੈਰੀ ਦੇ ਫੁੱਲ ਤੋਂ ਸਿੱਖੇ,
ਸੋ ਸ਼ਿਵ ਨੇ ਆਪਣੀ ਮੌਤ ਨੂੰ ਫੁੱਲਾਂ ਦੇ ਨਾਲ ਤਸ਼ਬੀਹ ਦਿੱਤੀ। ਉਸਨੇ ਜਵਾਨੀ ਵਿੱਚ ਮਰਨ ਦੀ ਖੂਬਸੂਰਤੀ ਦਾ ਵਰਣਨ ਕੀਤਾ ਅਤੇ ਇਸ ਦੀ ਰਸਮ ਪੁਗਾਈ ਕਿ ਸ਼ਿਵ ਕੁਮਾਰ ਬਟਾਲਵੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ ਅਤੇ ਨਿਰਾਸ਼ਤਾ ਦੇ ਡੂੰਘੇ ਖੂਹ ਵਿੱਚ ਪੈ ਕੇ ਉਸਨੇ ਕਈ ਅਜਿਹੀਆਂ ਕਵਿਤਾਵਾਂ ਲਿਖੀਆਂ ਜੋ ਸਮੁੱਚੀ ਪਰੰਪਰਾਵਾਂ ਦੇ ਵਿਰੁੱਧ ਸਨ ਅਤੇ ਇਹਨਾਂ ਵਿੱਚ ਇੱਕ ਅਜੀਬ ਦਿਵ ਦ੍ਰਿਸ਼ਟੀ ਸੀ ਜੋ ਕਈ ਵਾਰ ਉਸ ਬੰਦੇ ਵਿੱਚ ਆ ਜਾਂਦੀ ਹੈ ਜੋ ਮੌਤ ਨੂੰ ਬਿਲਕੁਲ ਆਪਣੇ ਸਾਹਮਣੇ ਵੇਖ ਰਿਹਾ ਹੋਵੇ, ਜਿਸ ਨੂੰ ਕਿਸੇ ਦਾ ਕੋਈ ਡਰ ਨਾ ਹੋਵੇ, ਜੋ ਹਨੇਰੀ ਕੋਠੜੀ ਵਿੱਚ ਛੱਤ ਪਾੜਨ ਵਾਲੀ ਚੀਖ ਮਾਰ ਸਕੇ ਤਾਂ ਜੋ ਸੁੱਤੇ ਪਏ ਲੋਕ ਜਾਗ ਸਕਣ। ਅਤੇ ਇਸੇ ਮਾਨਸਿਕ ਅਵਸਥਾ ਵਿੱਚ ਉਸਨੇ ਕਵਿਤਾਵਾਂ ਰਚੀਆਂ। ਕੁੱਤੇ, ਫਾਂਸੀ, ਲੁੱਚੀ ਧਰਤੀ, ਉਹ ਧਰਤੀ ਨੂੰ ਮਾਤਾ ਆਖਦਾ ਆਖਦਾ ਥੱਕ ਗਿਆ ਸੀ ਅਤੇ ਇਸ ਦੇ ਇਲਾਵਾ ਉਹ ਵੇਖ ਰਿਹਾ ਸੀ ਕਿ ਪਾਖੰਡੀ ਅਤੇ ਹਰ ਕਿਸਮ ਦਾ ਸਾਹਿਤਕ ਅਤੇ ਸਿਆਸੀ ਪਤਵੰਤਾ ਧਰਤੀ ਨੂੰ ਮਾਖ ਕੇ ਇਸ ਨੂੰ ਲੁੱਟੀ ਜਾ ਰਿਹਾ। ਸ਼ਿਵ ਨੇ ਧਰਤੀ ਨੂੰ ਲੁੱਚੀ ਆਖ ਕੇ ਆਪਣੇ ਆਲੇ ਦੁਆਲੇ ਨੂੰ ਝੁੰਕਾਇਆ, ਪਰੰਪਰਾਗਤ ਨਮਸਕਾਰ ਨੂੰ ਤੱਜ ਕੇ ਆਪਣੀ ਪਿਆਰੀ ਧਰਤੀ ਨੂੰ ਕ੍ਰੋਧ ਦੇ ਨਾਲ ਲੁੱਚੀ ਆਖਿਆ, ਜਿਵੇਂ ਕੋਈ ਜਵਾਨ ਪੁੱਤ ਆਪਣੀ ਮਾਂ ਨੂੰ ਗਾਲ ਕੱਢ ਰਿਹਾ ਹੋਵੇ। ਅਤੇ ਇਸ ਨਿਰਾਸ਼ਾ ਦੇ ਆਲਮ ਵਿੱਚ ਹੀ ਉਹ ਸਾਡੇ ਕੋਲੋਂ ਵਿਦਾ ਹੋ ਗਿਆ। ਨਾਜ਼ਰੀਨ, ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸਨੇ ਰਾਵੀ ਦੇ ਉਰਵਾਰ ਪਾਰ ਵਾਸਤੇ ਲੋਕਾਂ ਦੇ ਗਵਾਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਦੇ ਵਿੱਚ ਸੰਭਾਲਿਆ। ਉਸਦੇ ਬੋਲਾਂ ਵਿੱਚੋਂ ਸਿਰਫ ਪੰਜਾਬ ਹੀ ਨਹੀਂ ਸਗੋਂ ਸਮੁੱਚੀ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਕੁਮਾਰ ਬਟਾਲਵੀ ਦੀ ਸਰੀਰਕ ਮੌਤ ਹੋਇਆ ਭਾਵੇਂ 4 ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਪਰ ਉਸਦੀ ਸ਼ਾਇਰੀ ਦੀ ਜਵਾਨੀ ਸਿਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸਦੇ ਐਬਾਂ ਦੀਆਂ ਧੂੜਾਂ ਉਡਾਉਣ ਵਾਲੇ ਮੱਧਮ ਪੈ ਰਹੇ ਨੇ ਅਤੇ ਗੁਣ ਜਾਣਨ ਹਾਰੇ ਵੱਧ ਰਹੇ ਨੇ। ਸਾਡਾ ਦੁਖਾਂਤ ਹੀ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵੱਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਦੇ ਨਾਲ ਆ ਜੋ ਸਾਨੂੰ ਪੁੱਗਦੀ ਹੋਵੇ, ਜੋ ਸਾਨੂੰ ਠੀਕ ਲੱਗਦੀ ਹੋਵੇ। ਸੋ ਸ਼ਿਵ ਕੁਮਾਰ ਬਟਾਲਵੀ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ ਅਤੇ ਵਰਤਮਾਨ ਨੂੰ ਵੀ ਨਾਲ ਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹ ਵੀ ਕਰਦਾ ਹੈ। ਉਸ ਦੀ ਸ਼ਾਇਰੀ ਦੇ ਰੂਬਰੂ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋ ਤਾਜ਼ਾ ਸੰਸਾਰ ਦੇ ਵਿੱਚ ਪਹੁੰਚਦਾ ਹਾਂ ਅਤੇ ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕ ਦਾ ਗੁਲਜ਼ਾਰ ਹੈ ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨ ਵੱਤੇ ਸ਼ੈਲ ਸ਼ਬੀਲੇ ਔਰ ਜ਼ੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਨੇ। ਅਤੇ 6 ਮਈ 1973 ਨੂੰ ਉਹਦੀ ਕੂਕਤੀ ਆਤਮਾ ਸਦਾ ਲਈ ਸ਼ਾਂਤ ਹੋ ਗਈ, ਪਰ ਉਹਦੇ ਬੋਲ ਅੱਜ ਵੀ ਪੰਜਾਬੀਆਂ ਦੇ ਮਨਾਂ ਵਿੱਚ ਗੂੰਜ ਰਹੇ ਨੇ। ਸੋ ਉਮੀਦ ਹੈ ਕਿ ਉਸ ਮਹਾਨ ਸ਼ਾਇਰ ਬਾਰੇ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਤੁਸੀਂ ਖੁਸ਼ ਰਹੋ, ਆਬਾਦ ਰਹੋ ਅਤੇ ਮੈਨੂੰ ਦਿਓ ਆਗਿਆ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।